ਅੱਜ ਦਾ ਵਿਚਾਰ ਅੱਜਕੱਲ ਅੰਬਰੀ ਫਿਰਨ ਆਵਾਰਾ ਇਹ ਸਾਡੇ ਪਲੇ ਸਤਕਾਰਤ ਕਿਰਪਾ ਜਨ ਗਿਲ ਉਹਨਾਂ ਦੀ ਗਜ਼ਲ ਦੇ ਵਿੱਚੋਂ ਇਹ ਪੰਕਤੀ ਮੈਂ ਲਈ ਹੈ ਤੇ ਗਜ਼ਲ ਦੇ ਪਰ ਹੀ ਆਪਾਂ ਥੋੜੀ ਡਿਸਕਸ਼ਨ ਕਰਾਂਗੇ ਤੇ ਮੌਜੂਦਾ ਹਾਲਾਤ ਜੋ ਬਣ ਰਹੇ ਨੇ ਬਣੇ ਹੋਏ ਨੇ ਬਣਦੇ ਨੇ ਆਲਵੇਸ ਇੱਕ ਕਵੀ ਉਹਨਾਂ ਨੂੰ ਕਲਮ ਬੰਦ ਕਰਦਾ ਹੈ ਤੇ ਕੁਝ ਸ਼ਬਦਾਂ ਦੇ ਵਿੱਚ ਸਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਸੋ ਇਹ ਵਿਚਾਰ ਜਿਹੜੇ ਨੇ ਇਹ ਜੋ ਕੋਈ ਸਾਡੇ ਆਲੇ ਦੋਲੇ ਵਾਪਰ ਰਿਹਾ ਆ ਉਹਨਾਂ ਤੇ ਆਧਾਰਿਤ ਹੁੰਦੇ ਨੇ ਜੋ ਅੱਜ ਵਾਪਰ ਰਿਹਾ ਆ ਜੋ ਕਿਸਾਨੀ ਨਾਲ ਵਾਪਰ ਰਿਹਾ ਆ ਆਪਾਂ ਉੱਤੇ ਅੱਜ ਗੱਲ ਕਰਨੀ ਆ ਕਿਸਾਨੀ ਪਿਛਲੇ 5 ਸਾਲ ਤੋਂ ਕਾਫੀ ਹਮਲੇ ਦਾ ਕਾਰਨ ਬਣੀ ਆ ਕੋਵਿਡ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਕੋਵਿਡ ਇੱਕ ਮੈਨ ਮੇਡ ਡਿਜ਼ਾਸਟਰ ਸਿਗਾ ਚਾਈਨਾ ਤੇ ਵੈਸਟ ਦੀ ਆਪਸੀ ਰੰਜਿਸ਼ ਲੜਾਈ ਦਾ ਕਾਰਨ ਸੀ ਕਿ ਚਾਈਨਾ ਨੂੰ ਲਾਉਣਾ ਸੀ ਇਸ ਕਰਕੇ ਚਾਈਨਾ ਦਾ ਨਾਮ ਲਾ ਕੇ ਚਾਈਨਾ ਵਾਇਰਸ ਚਾਈਨਾ ਵਾਇਰਸ ਉਹਨਾਂ ਨੂੰ ਬਦਨਾਮ ਕਰਨ ਦੀ ਇੱਕ ਕੋਸ਼ਿਸ਼ ਸੀ ਜਿਹੜੀ ਫਿਰ ਉਹਨਾਂ ਨੇ ਕਾਊਂਟਰ ਕੀਤੀ ਤੇ ਇਸ ਦਾ ਜਿਹੜਾ ਸਾਰਿਆਂ ਨੂੰ ਵੱਡਾ ਨੁਕਸਾਨ ਹੋਇਆ ਪੱਛਮ ਨੂੰ ਆਇਆ ਇਹ ਇੱਕ ਪਾਰਟ ਆਫ ਇਹ ਲੜਾਈ ਦਾ ਹਿੱਸਾ ਹੈ ਬਹੁਤ ਮੰਨਣਾ ਹੈ ਪੱਛਮ ਦੇ ਵਿੱਚ ਇਹ ਕਨਸਪੀਰੇਸੀ ਥਿਉਰੀ ਵੀ ਕਹਿ ਸਕਦੇ ਆ ਇਹਨੂੰ ਕਨਸਪੀਰੇਸੀ ਥਿਉਰੀ ਕਹਿ ਕੇ ਇਹਨੂੰ ਪਾਸੇ ਕਰ ਦਿੰਦੇ ਨੇ ਪਰ ਬਹੁਤ ਸਾਰੇ ਲੋਕ ਇਹ ਮੰਨਦੇ ਨੇ ਕਿ ਇਹ ਟ੍ਰੇਡ ਵਾਰ ਹੈ ਚਾਈਨਾ ਦਾ ਸਮਾਨ ਬੰਦ ਕਰਨਾ ਸੀ ਉਹਨਾਂ ਨੂੰ ਹੇਠਾਂ ਲਾਣਾ ਸੀ ਉਹਨਾਂ ਦੀ ਚੜ੍ਹਾਈ ਜਿਹੜੀ ਆ ਉਹ ਵਰਲਡ ਨੰਬਰ 2 ਇਕਨੋਮੀ ਦਾ ਹੈ ਤੇ ਉਹ ਨੰਬਰ 1 ਬਣਨ ਜਾ ਰਹੀ ਐ ਸੋ ਇਹ ਹਜਮ ਨਹੀਂ ਹੋ ਰਹੀਆਂ ਚੀਜ਼ਾਂ ਤੇ ਜਿੱਦਾਂ ਜਿੱਦਾਂ ਪੈਸਾ ਆਂਦਾ ਆ ਕਹਿੰਦੇ ਕਿ ਅ ਜਿਨ੍ਹਾਂ ਦੇ ਕੋਠੇ ਢਾਣੇ ਉਹਨਾਂ ਦੇ ਕਮਲੇ ਵੀ ਸਿਆਣੇ ਤੇ ਜਦੋਂ ਪੈਸਾ ਆ ਜਾਂਦਾ ਰਿਸੋਰਸੇਜ਼ ਆ ਜਾਂਦੇ ਨੇ ਉਹ ਵਧੀਆ ਮੈਨੇਜ ਵੀ ਕਰਦੇ ਨੇ ਚਾਈਨਾ ਵਾਲੇ ਤਾਂ ਫਿਰ ਉਹਨਾਂ ਨੂੰ ਪਾਵਰ ਵੀ ਮਿਲਦੀ ਆ ਦੂਜੇ ਦੇਸ਼ਾਂ ਦੇ ਉੱਤੇ ਪ੍ਰੋਜੈਕਟ ਕਰਨ ਦੇ ਲਈ ਉਹਨਾਂ ਦੀ ਸੇਵ ਹੀ ਹੋ ਜਾਂਦੀ ਉਹਨਾਂ ਦੀ ਗੱਲ ਸੁਣਦੇ ਨੇ ਦੂਜੇ ਦੇਸ਼ ਉਹ ਫਿਰ ਜਿਹੜੇ ਪਹਿਲਾਂ ਜਿਨ੍ਹਾਂ ਦੀ ਚੰਮਦੀਆਂ ਚੱਲਦੀਆਂ ਹੁੰਦੀਆਂ ਉਹਨਾਂ ਦੀ ਘਟ ਜਾਂਦੀ ਹੈ ਤੇ ਕੰਪੀਟੀਸ਼ਨ ਹੋ ਜਾਂਦਾ ਹੈ ਸੋ ਇਸ ਨੂੰ ਰੋਕਣ ਵਾਸਤੇ ਕੋਵਿਡ ਸੀ ਤੇ ਕੋਵਿਡ ਤੋਂ ਬਾਅਦ ਇੱਕ ਲਹਿਰ ਚੱਲੀ ਸੀ ਕਿ ਦੁਨੀਆ ਦਾ ਜਿਹੜਾ ਫੂਡ ਹੈ ਦੁਨੀਆ ਦਾ ਖਾਣਾ ਹੈ ਦਾਣਾ ਹੈ ਉਸ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ ਇਸ ਤਹਿਤ ਹੁਣ ਯੂਕਰੇਨ ਦੀ ਲੜਾਈ ਚੱਲ ਰਹੀ ਹੈ ਕਿਉਂਕਿ ਯੂਕਰੇਨ ਰਸ਼ੀਆ ਦੇ ਵਿੱਚੋਂ ਤਕਰੀਬਨ ਅੱਧੀ ਕਣਕ ਜਿਹੜੀ ਇਹ ਦਾਣਾ ਆ ਉਹ ਦੁਨੀਆ ਨੂੰ ਜਾ ਰਿਹਾ افریقا ਦੇ ਦੇਸ਼ਾਂ ਨੂੰ ਯੂਰਪ ਦੇ ਦੇਸ਼ਾਂ ਨੂੰ ਜਿੱਥੇ ਦਾਣੇ ਨਹੀਂ ਹੁੰਦੇ ਸੋ ਉਹ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨੇ ਯੂਕਰੇਨ ਦੇ ਬਹੁਤ ਕਰਾਪਸ਼ਨ ਕਿਉਂਕਿ ਮੋਸਟ ਕਰਾਪਟ ਕੰਟਰੀ ਹੈਗਾ ਯੂਰਪ ਇਹ ਇਹ ਪਹਿਲੇ ਅੰਕੜੇ ਦੱਸਦੇ ਨੇ ਉੱਥੇ ਜਾ ਕੇ ਜ਼ਮੀਨਾਂ ਖਰੀਦ ਲਈਆਂ ਚਾਹੇ ਪੈਸੇ ਨਾਲ ਚਾਹੇ ਧੱਕੇ ਨਾਲ ਚਾਹੇ ਟੈਕਟਿਕਸ ਦੇ ਨਾਲ ਤੇ ਉਹ ਜਿਹੜਾ ਦਾਣਾ ਆ ਉੱਥੋਂ ਕੰਟਰੋਲ ਕਰਨ ਦੀ ਗੱਲ ਚੱਲੀ ਫਿਰ ਉੱਥੇ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਮਜ਼ਾਈਲਾ ਲਾਣੀਆਂ ਨੈਟੋ ਦੇ ਵਿੱਚ ਸ਼ਾਮਲ ਕਰਨਾ ਯੂਰਪੀਅਨ ਯੂਨੀਅਨ ਚ ਸ਼ਾਮਲ ਕਰਨਾ ਉੱਥੋਂ ਫਿਰ ਲੜਾਈ ਲੱਗੀ ਰੂਸ ਦੀ ਤੇ ਰੂਸ ਨੂੰ ਵੀ ਲੱਗਿਆ ਕਿ ਉਹਦੇ ਜਿਹੜੇ ਪੋਰਟਸ ਨੇ ਉਹ ਸਿਕਿਉਰ ਨਹੀਂ ਹੈਗੇ ਉੱਥੋਂ ਦਾਣਾ ਜਿਹੜਾ ਆ ਨਿਕਲਣਾ ਮੁਸ਼ਕਲ ਕਰ ਦੇਣਗੇ ਇਹ ਅਗਰ ਇਹਨਾਂ ਨੇ ਬਲੈਕ ਸੀ ਦੇ ਉੱਤੇ ਕਬਜ਼ਾ ਕਰ ਲਿਆ ਹੁਣ ਉਸ ਤਹਿਤ ਫਿਰ ਜਿਹੜੇ ਕਿਸਾਨ ਜਿਹੜੇ ਇੰਡੀਪੈਂਡੈਂਟ ਕੰਟਰੀ ਆ ਹੁਣ ਭਾਰਤ ਜਿਹੜਾ ਆ ਉਹ 62 63% ਜਿਹੜੀ ਆਬਾਦੀ ਆ ਉਹ ਉਹ ਰੂਰਲ ਹੈ ਐਗਰੀਗਰੀਅਨ ਹੈ ਜਾਨਕਿ ਖੇਤੀਬਾੜੀ ਦੇ ਨਾਂ ਦੇ ਉੱਤੇ ਡਿਪੈਂਡੈਂਟ ਹੈ ਜਿਹੜੇ ਅੱਗੇ ਵੀ ਇੱਕ ਦਿਨ ਅਸੀਂ ਇਹਦੇ ਅੰਕੜੇ ਦੱਸੇ ਸੀ ਮੈਂ ਤੇ ਅਮਰੀਕ ਸਿੰਘ ਫਲੋਰਾ ਹੋਣਾ ਨੇ ਕਿ ਪੱਛਮ ਦੇ ਵਿੱਚ 60 62% ਇੱਥੋਂ ਤੱਕ ਕਿ 75% ਲੋਕ ਉਹ ਸ਼ਹਿਰੀ ਅਰਬਨ ਹੈ ਪਾਪੂਲੇਸ਼ਨ ਸ਼ਹਿਰਾਂ ਚ ਹੈ ਤੇ 30 35% ਹੀ ਰੂਰਲ ਹੈ ਸਾਡੇ ਵਰਗੇ ਜਿਹੜੇ ਰੂਰਲ ਰਹਿੰਦੇ ਨੇ ਇਹਦੇ ਨਾਲ ਬਿਲਕੁਲ ਉਲਟ ਭਾਰਤ ਪਾਕਿਸਤਾਨ ਚਾਈਨਾ ਚ ਹੈ ਜਿਹੜੀ ਪਾਪੂਲੇਸ਼ਨ ਆ ਉਹ ਆਮ ਲੋਕ ਪਿੰਡੂ ਲੋਕ ਨੇ ਸ਼ਹਿਰਾਂ ਚ ਘੱਟ ਘੱਟ ਆ ਪਾਪੂਲੇਸ਼ਨ ਹੈ ਹੁਣ ਉਹਨਾਂ ਨੂੰ ਫੀਡ ਕਰਨ ਦੇ ਲਈ ਸ਼ਹਿਰਾਂ ਨੂੰ ਫੀਡ ਕਰਨ ਦੇ ਲਈ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਪ੍ਰੋਡਕਸ਼ਨ ਬਹੁਤ ਵਧਾਉਣੀ ਪੈਂਦੀ ਆ ਪਰ ਜਦੋਂ 62% ਜਿਹੜੀ ਪਾਪੂਲੇਸ਼ਨ ਪਿੰਡਾਂ 'ਚ ਰਹਿ ਰਹੀ ਆ ਤਾਂ ਉਹ ਤਕਰੀਬਨ ਆਤਮ ਨਿਰਪਰ ਹੋਈ ਹੋਈ ਹੁੰਦੀ ਆ। ਉਹਨਾਂ ਦੇ ਆਪਣੇ ਅੰਨ ਦਾਣਾ ਆਪਣਾ ਹੁੰਦਾ ਹੈ। ਸਮਾਲ ਸਕੇਲ ਫਾਰਮਸ ਹੁੰਦੇ ਨੇ। ਤੋਂ ਆਪਣੀ ਸੈਲਫ এমਪਲੋਇਮੈਂਟ ਕਰਦੇ ਨੇ ਤੇ ਉਹਨਾਂ ਦਾ ਜਿਹੜਾ ਮੰਡੀਕਰਨ ਉਹ ਹੋਰ ਤਰ੍ਹਾਂ ਦਾ ਆ ਜਿਹੜਾ ਪੱਛਮ ਦਾ ਮੰਡੀਕਰਨ ਹੋਰ ਤਰ੍ਹਾਂ ਦਾ ਆ। ਸੋ ਪ੍ਰੈਸ਼ਰ ਪੈਂਦਾ ਆ ਪੱਛਮ ਸਰਕਾਰਾਂ ਵੱਲੋਂ ਕਿ ਸਬਸਿਡੀਆਂ ਬੰਦ ਕਰੋ। ਇੱਥੇ ਸਬਸਿਡੀ ਬਹੁਤ ਘੱਟ ਮਿਲਦੀ ਫਾਰਮਰ ਨੂੰ। ਤੇ ਇੰਡੀਆ ਦੇ ਵਿੱਚ ਤੁਸੀਂ 62% ਪਾਪੂਲੇਸ਼ਨ ਨੂੰ ਸੈੱਟ ਕਰਨਾ ਹੈ ਰੱਖਣਾ ਹੈ ਤਾਂ ਤੁਹਾਨੂੰ ਰਿਸੋਰਸੇ ਤਾਂ ਦੇਣੇ ਪੈਣੇ ਆ ਉੱਥੇ ਇਹ ਪ੍ਰਾਈਵੇਟਾਈਜੇਸ਼ਨ ਚਾਹੁੰਦੇ ਆ ਕਿ ਪ੍ਰਾਈਵੇਟਾਈਜ਼ ਕਰੋ ਜਿਹੜੇ ਸਾਈਲੋਜ਼ ਬਣਨਗੇ ਮੰਡੇ ਕਰਨ ਉਹ ਪ੍ਰਾਈਵੇਟ ਕੰਪਨੀਆਂ ਕਰਨਾਂ ਕਿ ਸਰਕਾਰ ਖੁਦ ਕਰੇ ਇੰਡੀਆ ਦੀ ਸਮੱਸਿਆ ਹੋਰ ਹੈ ਇੰਡੀਆ ਦੀ ਇੰਨੀ ਪਾਪੂਲੇਸ਼ਨ ਸੰਭਲ ਲਈ ਸਰਕਾਰੀ ਤੌਰ ਤੇ ਕੰਟਰੋਲ ਰੱਖਣਾ ਪੈਣਾ ਹੈ ਆ ਨਹੀਂ ਤਾਂ ਅੰਨ ਦਾਣਾ ਬਹੁਤ ਮਹਿੰਗਾ ਹੋ ਜਾਣਾ ਹੈ ਹੁਣ ਆਪਾਂ ਝੋਨੇ ਦੀ ਗੱਲ ਕਰਦੇ ਹਾਂ ਮੰਡੀਆਂ 'ਚ ਰੋਲ ਰਿਆ ਹੈ ਕਿਉਂ ਰੋਲ ਰਿਆ ਹੈ ਕੀ ਦਿਨ ਦੀ ਨਲਾਇਕੀ ਕਿਸਾਨ ਦੀ ਨਲਾਇਕੀ ਤਾਂ ਨਹੀਂ ਹੈਗੀ ਕੀ ਝੋਨਾ ਪੈਦਾ ਕਰਕੇ ਚੌਲ ਪੈਦਾ ਕਰਕੇ ਲਿਆ ਕੇ ਮੰਡੀ ਦੇ ਵਿੱਚ ਰੱਖ ਦੇਣੇ ਜਿਹਨੂੰ ਸੁੱਟ ਦੇਣੇ ਕਹਿੰਦੇ ਆ ਉਹ ਤੋਂ ਬਾਅਦ ਜਿਨ੍ਹਾਂ ਨੇ ਉੱਥੋਂ ਬਾਅਦ ਜਿਨ੍ਹਾਂ ਦੀ ਜੌਬ ਸਟਾਰਟ ਹੋਣੀ ਆ ਉਹ ਕੀ ਕਰ ਰਹੇ ਨੇ ਉਹ ਸਟ੍ਰਾਈਕ ਕਰ ਗਏ ਕਿਉਂ ਕਰ ਗਏ ਉਸੇ ਵੇਲੇ ਕਿਉਂ ਕੀਤੀ ਸਾਰਾ ਸਾਲ ਨੇਗੋਸ਼ੀਏਸ਼ਨ ਕਿਉਂ ਨਹੀਂ ਕੀਤੀ ਸਰਕਾਰ ਜਿਹੜੀ ਆ ਹੁਣ ਤੋਰੇ ਕਰ ਰਹੀ ਆ ਹੁਣ ਕੈਪਟਨ ਅਮਰਿੰਦਰ ਸਿੰਘ ਹੁਣੀ ਵੀ ਫਿਰ ਰਹੇ ਨੇ ਮੰਡੀਆਂ ਦੇ ਵਿੱਚ ਤੇ ਕਿਸਾਨਾਂ ਨੇ ਸਿੱਧਾ ਕਹਿਤਾ ਇਸ ਤੋਂ ਬਹੁਤੀ ਆਸ ਨਾ ਰੱਖਿਓ ਤੇ ਬੀਜੇਪੀ ਦੇ ਲੀਡਰ ਵੀ 2 ਸਾਲ ਬਾਅਦ ਪ੍ਰਗਟ ਹੋ ਗਏ ਖਬਰ ਇਹ ਬਣੀ ਆ ਕਿ ਬੀਜੇਪੀ ਦਾ ਲੀਡਰ ਤੇ ਕੈਪਟਨ ਅਮਰਿੰਦਰ ਸਿੰਘ ਹਾਈਬਰਨੇਸ਼ਨ ਚੋਂ ਬਾਹਰ ਆ ਗਏ ਹਾਈਬਰਨੇਸ਼ਨ ਹੁੰਦਾ ਸੁੰਨ ਅਵਸਥਾ ਸ਼ੂਨਿਆ ਜਿਦਾ ਸੱਪ ਸਿਆਲਾਂ ਨੂੰ ਹਾਈਬਰਨੇਸ਼ਨ ਚ ਚਲੇ ਜਾਂਦਾ ਨਾ ਸੌਂ ਜਾਂਦਾ ਕੁੰਡਲੀ ਮਾਰ ਕੇ ਇਹ ਕਹਿੰਦੇ 2 ਸਾਲ ਬਾਅਦ ਉੱਠੇ ਨੇ ਹੁਣ ਤੇ ਹੁਣ ਮੰਡੀ ਚ ਆ ਗਏ ਨੇ ਤੇ ਇਹਨਾਂ ਤੋਂ ਬਹੁਤੀ ਆਸ ਨਾ ਰੱਖਿਓ ਕੀ ਕਰਨ ਗਿਆ ਕਿ ਇਲੈਕਸ਼ਨਸ ਮੋਰੇ ਆ ਹੁਣ ਇਹਦਾ ਇੱਕ ਮੁੱਦਾ ਬਣਾਣਗੇ ਪਰ ਪੰਜਾਬ ਸਰਕਾਰ ਉਹ ਵੀ ਕੀ ਕਰ ਰਹੀ ਹੈ ਕੁਝ ਵੀ ਨਹੀਂ ਉਹਨਾਂ ਦੇ ਮੰਤਰੀ ਜਿਹੜੇ ਆਪਣੇ ਨੇ ਕੁਝ ਵੀ ਨਹੀਂ ਕਰ ਰਹੇ ਹੁਣ ਜਿਹੜੇ ਸੈਲਰ ਵਾਲੇ ਆ ਉਹ ਆਪਣੀ ਸਟ੍ਰਾਈਕ ਕਰੀ ਬੈਠੇ ਨੇ ਕਿ ਸਾਨੂੰ ਸੈਂਟਰ ਤੰਗ ਕਰਦੀ ਆ ਨੁਕਸ ਕੱਟਦੀ ਆ ਕਦੇ ਆਹ ਕਰਦੀ ਆ ਕਦੇ ਉਹ ਕਰਦੀ ਆ ਕਦੇ ਉਹ ਕਰਦੀ ਆ ਸਟੈਂਡਰਡ ਉਹ ਨਹੀਂ ਵੀ ਨਹੀਂ ਚੱਕਿਆ ਹੋਇਆ ਆਪਣਾ ਉਹ ਵੀ ਉਦਾਂ ਹੀ ਚੱਲੀ ਜਾ ਰਹੇ ਨੇ ਜਿਦਾ ਪਹਿਲਾਂ ਚੱਲਦਾ ਸੀ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਜੇ ਕੰਪੀਟ ਕਰਨਾ ਆ ਤਾਂ ਅੰਤਰਰਾਸ਼ਟਰੀ ਸਟੈਂਡਰਡ ਵੀ ਬਣਾਉਣੇ ਪੈਣੇ ਆ ਹੁਣ ਉਹਦੇ ਵਿੱਚ ਮੇਰੀ ਆਪਣੀ ਅੰਡਰਸਟੈਂਡਿੰਗ ਹੈ ਕਿ ਸਿੱਧਾ ਸਿੱਧਾ ਫਾਇਦਾ ਜਿਹੜਾ ਆ ਉਹ ਜਿਹੜੇ ਇਨਵੈਸਟਰ ਨੇ ਅੰਦਾਨੀ ਅੰਬਾਨੀ ਜਿਨ੍ਹਾਂ ਨੇ ਸਾਈਲੋ ਬਣਾਏ ਹੋ ਸਿਸਟਮ ਬਣਾਏ ਹੋਏ ਆ ਉਹਨਾਂ ਨੂੰ ਹੋਏਗਾ ਕਿ ਕਿਸਾਨਾਂ ਦਾ ਲੋਕਾਂ ਦਾ ਯਕੀਨ ਉੱਠ ਜਾਏਗਾ ਮੰਡੀ ਕਰਨ ਤੋਂ ਇਹ 2-3 ਸਾਲ ਇਸ ਤਰ੍ਹਾਂ ਚੱਲੇਗਾ ਕੰਮ ਸਟ੍ਰਾਈਕ ਹੋਏਗੀ ਯਾ ਕਰਵਾਈ ਜਾਏਗੀ ਕਿਸਾਨਾਂ ਦਾ ਮੂੰਹ ਭੰਨ ਦਿੱਤਾ ਜਾਏਗਾ ਨੱਕ ਮੋੜ ਦਿੱਤਾ ਜਾਏਗਾ ਯਾਰ ਇਹ ਮੰਡੀਆਂ ਛੱਡੋ ਤੁਸੀਂ ਸਿੱਧੇ ਅੰਦਾਨੀ ਅੰਬਾਨੀ ਦਾਓ ਸਿੱਧੀ ਪੇਮੈਂਟ ਹੁੰਦੀ ਆ ਔਰ ਇਹਦੇ ਇਹਦੇ ਬਾਰੇ ਹੋ ਵੀ ਰਿਹਾ ਕੰਮ ਕਿਸਾਨ ਕਰ ਵੀ ਰਹੇ ਨੇ ਤੇ ਇਹ ਇੱਕ ਟਿਪੀਕਲ ਅਗਰ ਸਿਸਟਮ ਨੂੰ ਤੋੜਨਾ ਹੋਵੇ ਯੋਜਨਾਬੱਧ ਤਰੀਕੇ ਨਾਲ ਤਾਂ ਇਹ ਟੈਕਟਿਕ ਇਹ ਹੱਥ ਕੰਡੇ ਹੁੰਦੇ ਨੇ ਕਿ ਉਹ ਸਿਸਟਮ ਨੂੰ ਇੰਨਾ ਕੁ ਡਾਊਨ ਕਰ ਦਿਓ ਕਿ ਲੋਕ ਕਹਿੰਨ ਯਾਰ ਆ ਸਰਕਾਰੀ ਛੱਡੋ ਪਰੇ ਪ੍ਰਾਈਵੇਟ ਚੱਲੋ ਜਿਵੇਂ ਸਰਕਾਰੀ ਹਸਪਤਾਲਾਂ ਨਾਲ ਹੋਇਆ ਸਰਕਾਰੀ ਹਸਪਤਾਲਾਂ ਦਾ ਇੰਨਾ ਕੁ ਡਾਊਨ ਕਰ ਦਿੱਤਾ ਗਿਆ ਕੰਮ ਸਰਕਾਰੀ ਸਕੂਲਾਂ ਦਾ ਕਿ ਲੋਕ ਲੋਕਾਂ ਦਾ ਯਕੀਨ ਉੱਠ ਗਿਆ ਲੋਕੀ ਜੋਬ ਕਰਨਾ ਚਾਹੁੰਦੇ ਆ ਸਰਕਾਰੀ ਪਰ ਆਪਣੇ ਨਿਆਣੇ ਨਹੀਂ ਪੜਾਉਣਾ ਚਾਹੁੰਦੇ ਨਾ ਆਪਣਾ ਇਲਾਜ ਕਰਾਉਣਾ ਚਾਹੁੰਦੇ ਸਰਕਾਰੀ ਹਸਪਤਾਲਾਂ 'ਚ ਸੋ ਇਸ ਕਰਕੇ ਇਹ ਵੀ ਇੱਕ ਪ੍ਰਾਈਵੇਟਾਈਜੇਸ਼ਨ ਕਰਨ ਵਾਲ ਨੂੰ ਸਟੈਪ ਹੈ ਯੋਜਨਾ ਵੱਧ ਸਟੈਪ ਹੈ ਹੁਣ ਰਹੀ ਗੱਲ ਧਾਨ ਦੀ ਚਾਹੇ ਉਹ ਕਣਕ ਹੋਵੇ ਚਾਹੇ ਉਹ ਕੋਈ ਵੀ ਫਰੂਟ ਵੈਜੀਟੇਬਲ ਹੋਵੇ ਉਹਦੀ ਕਦੇ ਵੀ ਬਹੁਤਾਤ ਨਹੀਂ ਹੁੰਦੀ ਇੱਕ ਮੰਡੀ ਕਰਨ ਦੇ ਵਿੱਚ ਹਵਾ ਬਣਾਈ ਜਾਂਦੀ ਆ ਉਹ ਉਹਦੇ ਕਰਕੇ ਕਿਸੇ ਵੀ ਕ੍ਰੌਪ ਨੂੰ ਕਿਸੇ ਵੀ ਫਸਲ ਨੂੰ ਸੁੱਟਿਆ ਜਾਂਦਾ ਚੁੱਕਿਆ ਜਾਂਦਾ ਝੋਨੇ ਦੀ ਗੱਲ ਕਰੀਏ ਤਾਂ ਮੈਂ ਪ੍ਰਾਈਸਿਸ ਦੇਖ ਰਿਹਾ ਸੀਗਾ ਅੱਜ ਦੀਆਂ ਤੇ ਡਾਟਾ ਮੇਰੇ ਸਾਹਮਣੇ ਆਇਆ ਤੇ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਤਕਰੀਬਨ ਟਨ ਦਾ 592 ਡਾਲਰ ਯੂ ਐਸ ਰੇਟ ਚੱਲ ਰਿਹਾ ਹੈ ਤੇ ਜੇ ਆਪਾਂ ਗੱਲ ਕਰੀਏ ਰੁਪਈਆਂ ਦੇ ਵਿੱਚ ਤਾਂ ਇਹ 4972 ਬਣਦਾ ਹੈ ਤੇ ਜਿੱਥੇ ਤੱਕ ਮੈਨੂੰ ਐਮ ਐਸ ਪੀ ਦਾ ਖਬਰ ਮਿਲੀ ਆ ਉਹ 2300 ਰੁਪਏ ਕੁਇੰਟਲ ਦੇ ਰਹੇ ਨੇ ਸੋ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਅਗਰ ਇਹ ਇਹੀ ਝੋਨਾ ਵਿਕੇ ਤਾਂ 4900 72 ਦਾ ਰੇਟ ਚੱਲ ਰਿਹਾ ਅੱਜਕੱਲ ਤੇ ਜਦੋਂ ਇਹ ਹੁੰਦਾ ਤੇ ਤਾਂ ਇੱਕ ਵੋਲੀਅਮ ਚਾਹੀਦਾ ਹੁੰਦਾ ਕਿ ਐਨੇ میٹرਿਕ ਟਨ ਇਕੱਠਾ ਹੋਣਾ ਚਾਹੀਦਾ ਇਹ ਕੋਆਪਰੇਟਿਵ ਵੀ ਕਰ ਸਕਦਾ ਫੂਡ ਕਾਰਪੋਰੇਸ਼ਨ ਆਫ ਇੰਡੀਆ ਵੀ ਕਰ ਸਕਦੀ ਹੈ ਵੇਚ ਸਕਦੀ ਹੈ ਤੇ ਅਗਰ 2300 ਐਮਐਸਪੀ ਤੇ ਚੱਕ ਕੇ ਉਹਦੇ ਵਿੱਚ ਫਟਕਲ ਖਰਚੇ ਪਾ ਕੇ ਮਤਲਬ 4500 ਨੂੰ ਵੀ ਸਰਕਾਰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੇਚ ਦੇਵੇ ਤਾਂ ਵੀ 12000 ਸਰਕਾਰ ਨੂੰ ਬਚਦਾ ਆ ਕੁਆਂਟਲ ਮਗਰ ਇਹ ਜਿਹੜੀ ਐਮਐਸਪੀ ਹੈ ਹੁਣ ਇਹ ਤੋਂ ਕਿੰਨਾ ਜਾਊਗਾ ਮਤਲਬ ਅੰਤਰਰਾਸ਼ਟਰੀ ਮਾਰਕੀਟ 4900 ਆ ਤੇ ਕਿਸਾਨ ਕਹਿੰਦੇ ਸਨ 2300 ਤੇ ਹੀ ਚੱਕ ਲਿਓ ਗਾਰੰਟੀ ਕਰ ਲਓ ਉਹ ਫਿਰ ਵੀ ਨਹੀਂ ਚੱਕ ਰਹੇ ਤੇ ਉਹ ਹੁਣ ਕੀ ਐ ਚਕਾਣਾ ਜਿਹੜਾ ਆ ਉਹ 2300 ਤੋਂ 2300 ਤੇ ਰੱਖ ਲਓ ਜਾਂ 2300 ਤੇ ਹੀਠਾਂ ਚਕਾਣਾ ਪਰ ਚਕਾਣਾ ਜਿਹੜਾ ਦੋ ਤਿੰਨ ਕੰਪਨੀਆਂ ਨੂੰ ਹੀ ਚੱਕਣ ਦੇ ਲਈ ਤਿਆਰੀ ਚੱਲ ਰਹੀ ਐ ਕਿ ਉਹੀ ਚੱਕਣ ਤੇ ਉਹ ਉਹੀ ਫਿਰ ਉਹਦਾ ਆਟਾ ਪੀ ਕੇ ਜਿਹੜੀ ਹੁਣ 2300 ਨੂੰ ਚੌਲ ਨੇ ਇਹ ਪੈਕੇਟ ਚ ਬੰਦ ਕਰਕੇ ਦੇਖ ਲਓ ਕਿੰਨੇ ਦੇ ਹੋਣੇ ਆ ਕਣਕ 1800 2000 ਨੂੰ ਐਮ ਐਸ ਪੀ ਆ ਮਤਲਬ 20 ਰੁਪਏ ਨੂੰ ਕਿਲੋ ਰੱਖ ਲਓ ਤੇ ਉਹ ਆਟਾ ਪੀ ਕੇ 26-27 ਰੁਪਏ ਵਾਲਾ ਚੱਕੀ ਵਾਲਾ ਦੇ ਦਿੰਦਾ 70 ਰੁਪਏ ਕਮਾ ਕੇ ਅਗਰ ਤੁਸੀਂ ਬਾਜ਼ਾਰ ਚੋਂ ਲੈਣਾ ਹੈ ਤਾਂ ਉਹੀ ਆਟਾ 50-60 ਨੂੰ ਮਿਲਦਾ ਹੈ ਕਿੰਨਾ ਮਾਰਜਿਨ ਵਿੱਚ ਕਿੰਨੇ ਲੋਕ ਵੜ ਜਾਂਦੇ ਨੇ ਉਹਦੇ ਸੋ ਇਹ ਇਹ ਅੰਕੜੇ ਜਿਹੜੇ ਨੇ ਇਹ ਤੁਹਾਡੇ ਸਾਹਮਣੇ ਨੇ ਸਾਡੇ ਸਾਹਮਣੇ ਨੇ ਪਰ ਰੌਲਾ ਇਹ ਹੈ ਕਿ ਕਣਕ ਦੀ ਸ਼ਾਰਟੇਜ ਹੈ ਤਾਂ ਧਾਨ ਦੀ ਹਮੇਸ਼ਾ ਹੀ ਸ਼ਾਰਟੇਜ ਰਹੇਗੀ ਰਹਿਣੀ ਹੈ ਕਿਉਂਕਿ ਇਹਨੂੰ ਇਹਨੂੰ ਸਟੋਰ ਕੀਤਾ ਜਾ ਸਕਦਾ 3-4 ਸਾਲ ਕਈ ਸਾਲ ਮਾੜੇ ਲੱਗਦੇ ਆ ਉਹ ਬਰਾਬਰ ਹੋ ਜਾਂਦਾ ਜਿਹੜਾ ਸਟੋਰ ਕਰਨਾ ਹੁੰਦਾ ਉਹਦੇ ਨਾਲ ਨਾ ਅੰਨ ਦੀ ਸੁਰੱਖਿਆ ਹੋ ਜਾਂਦੀ ਲੋਕਾਂ ਦਾ ਕਾਲ ਪੈ ਗਿਆ ਭੁੱਖੇ ਨਹੀਂ ਮਰੋਗੇ ਪਰ ਮੈਨੇਜਮੈਂਟ ਜਿਹੜੀ ਹੈ ਵਿਚਾਲੇ ਸਰਕਾਰਾਂ ਦੀ ਹੈ ਸ਼ੈਲਰਾਂ ਦੀ ਹੈ ਜਿਹੜੇ ਅਫਸਰ ਹੈ ਤੁਸੀਂ ਇੱਕ ਤਸਵੀਰ ਬੜੀ ਹੁਣ ਵਾਇਰਲ ਹੋ ਰਹੀ ਹੈ ਜਿੱਥੇ ਕਿਸਾਨ ਹੱਥ ਜੋੜੀ ਡੀਸੀ ਪਟਿਆਲਾ ਦੇ ਸਾਹਮਣੇ ਖੜਾ ਆ ਆਪਣੇ ਬੋਲ ਦੇ ਉੱਤੇ ਤੇ ਉਹ ਸਾਰਾ ਅਫਸਰ ਪੁਲਿਸ ਉਹਦੇ ਆਲੇ ਦੁਆਲੇ ਖੜੀ ਆ ਇਹ ਆ ਅਸਲ ਦੇ ਵਿੱਚ ਕੰਡੀਸ਼ਨ ਇੱਥੇ ਕੋਈ ਹੋਰ ਵੀ ਇਦਾਂ ਦਾ ਤੁਸੀਂ ਦੇਖਿਆ ਦਾਤਾ ਪਹਿਲੀ ਗੱਲ ਤਾਂ ਦਾਤੇ ਨਹੀਂ ਹੈਗੇ ਕੋਈ ਹੋਰ ਰੀਟੇਲਰ ਦੇਖਿਆ ਇਦਾਂ ਹੁੰਦਾ ਕਿ ਜਿਹਦੇ ਉੱਤੇ ਡੀਸੀ ਆ ਕੇ ਇਦਾਂ ਮਤਲਬ ਉਹਦਾ ਨਿਰੀਖਣ ਕਰਨ ਆਵੇ ਕਦੇ ਦੁਕਾਨਾਂ ਚ ਡੀਸੀ ਜਾਂਦਾ ਦੇਖਿਆ ਮਤਲਬ ਕੀ ਆ ਇਹ ਵਾਟ ਇਜ਼ ਥਿਸ ਨੌਨਸੈਂਸ ਹੁਣ ਇਸੇ ਨੌਨਸੈਂਸ ਨੂੰ ਬੜਾ ਹੀ ਸੁੰਦਰ ਪੇਸ਼ ਕੀਤਾ ਸਾਡੇ ਸਤਿਕਾਰਯੋਗ ਗੁਰਪ੍ਰਜਨ ਗਿੱਲ ਜੀ ਨੇ ਤੇ ਇਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੁਝ ਪੰਕਤੀਆਂ ਅੱਜ ਕੱਲ ਅੰਬਰੀ ਫਿਰਨ ਆਵਾਰਾ ਅੱਜ ਕੱਲ ਅੰਬਰੀ ਫਿਰਨ ਆਵਾਰਾ ਬੱਦਲ ਨੇ ਬਰਸਾਤ ਨਹੀਂ ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿਣਾ ਇਹ ਮੇਰੀ ਔਕਾਤ ਨਹੀਂ ਸੋਕਾ ਲੱਗਾ ਹੁੰਦਾ ਬੱਦਲ ਫਿਰ ਰਹੇ ਹੁੰਦੇ ਨੇ ਬੱਲਾ ਬੱਲਾ ਟਾਮਾ ਟਾਮਾ ਬੰਦੇ 'ਚ ਆਸ ਵੱਜਦੀ ਐ ਕਿ ਮੀਂਹ ਪਏਗਾ ਪਰ ਬਰਸਾਤ ਨਹੀਂ ਹੁੰਦੀ ਉਦੋਂ ਫਿਰ ਦਿਲ ਟੁੱਟਦਾ ਡੁੱਬਦੇ ਸੂਰਜ ਮੇਰਾ ਚਿਹਰਾ ਲੱਥਿਆ ਵੇਖ ਕੇ ਆਪ ਕਿਹਾ ਡੁੱਬਦੇ ਸੂਰਜ ਨੇ ਮੇਰਾ ਲੱਥਿਆ ਹੋਇਆ ਚਿਹਰਾ ਵੇਖ ਕੇ ਆਪ ਕਿਹਾ ਘਾਬਰ ਨਾ ਤੂੰ ਕੱਲ ਆਵਾਂਗਾ ਬਹੁਤੀ ਲੰਮੀ ਰਾਤ ਨਹੀਂ ਪਰ ਫਿਰ ਵੀ ਇੱਕ ਆਸ ਹੁੰਦੀ ਐ ਹਰ ਇੱਕ ਸੀਜ਼ਨ ਇਹ ਆਸ ਹੁੰਦੀ ਐ ਕਿ ਕੋਈ ਗੱਲ ਨਹੀਂ ਆਹ ਸੀਜ਼ਨ ਲੰਘ ਗਿਆ ਅਗਲਾ ਸੀਜ਼ਨ ਫੇਰ ਆਵਾਂਗੇ ਖੁਦ ਨੂੰ ਆਪ ਪਛਾਨਣ ਤੋਂ ਨਹੀਂ ਮੁੱਕਰ ਜਾਵਾਂ ਨਾ ਮਮਕਨ ਭਾਵੇਂ ਡਰਿਆ ਪਰ ਨਹੀਂ ਮਰਿਆ ਐਸੇ ਵੀ ਹਾਲਾਤ ਨਹੀਂ ਕਿ ਮੈਂ ਆਪਣੇ ਆਪ ਨੂੰ ਆਪ ਨਾ ਪਛਾਨ ਸਕਾਂ ਇਹ ਮੈਂ ਮੁੱਕਰ ਜਾਵਾਂ ਇਹ ਮਮਕਨ ਨਹੀਂ ਹੈ ਭਾਵੇਂ ਮੈਂ ਡਰਿਆ ਹੋਇਆ ਹਾਂ ਪਰ ਮਰਿਆ ਨਹੀਂ ਹਜੇ ਇਦਾਂ ਦੇ ਹਾਲਾਤ ਅਜੇ ਬਣੇ ਨਹੀਂ ਇਹੀ ਹਾਲ ਰਿਹਾ ਤਾਂ ਦੇਖਿਓ ਬੁਰਜ ਮਨਾਰੇ ਟਹਿ ਜਾਣਗੇ। ਇਹੀ ਹਾਲ ਰਿਹਾ ਤਾਂ ਦੇਖਿਓ ਬੁਰਜ ਮਨਾਰੇ ਟਹਿ ਜਾਣੇ ਤਲਖ ਹਕੀਕਤ ਆਪ ਦੇਖਿਓ ਇਹ ਮੇਰੇ ਜਜ਼ਬਾਤ ਨਹੀਂ ਮੈਂ ਜਜ਼ਬਾਤੀ ਹੋ ਕੇ ਗੱਲਾਂ ਨਹੀਂ ਕਰ ਰਿਹਾ। ਅਗਰ ਇਹੀ ਹਾਲ ਰਿਹਾ ਤਾਂ ਸਿਸਟਮ ਕ੍ਰੈਸ਼ ਹੋ ਜਾਏਗਾ ਖਤਮ ਹੋ ਜਾਏਗਾ। ਮੰਡੀ ਅੰਦਰ ਸਾਡੀਆਂ ਫਸਲਾਂ ਕਿੰਜ ਲੁੱਟਦਾ ਲਟਵਾਉਂਦਾ ਏ ਸਮਝ ਸਕਾ ਨਾ ਬਦ ਨੀਤੀ ਨੂੰ। ਐਡੇ ਵੀ ਕੋਈ ਬਾਤ ਨਹੀਂ ਅੱਜ ਦਾ ਕਿਸਾਨ ਅੱਜ ਦਾ ਮਜ਼ਦੂਰ ਅੱਜ ਦਾ ਕਾਮ ਇੱਕ ਨਾਰਮਲ ਬੰਦਾ ਉਹ ਇੰਨਾ ਕ ਅਵੇਅਰ ਹੋ ਚੁੱਕਾ ਆ ਇਨਫੋਰਮੇਸ਼ਨ ਫਲੋ ਹੋ ਰਹੀ ਆ ਤਿਆਰਬਿਆਂ ਤੋਂ ਇੰਨਾ ਅਵੇਅਰ ਹੋ ਚੁੱਕਾ ਕਿ ਉਸ ਨੂੰ ਸਮਝ ਆ ਰਹੀਆਂ ਨੇ ਸਾਰੀਆਂ ਚੀਜ਼ਾਂ ਉਹ ਸਮਝ ਸਕਦਾ ਹੈ ਬਦਨੀਤੀਆਂ ਨੂੰ ਇੱਕ ਵਾਰੀ ਫੇਰ ਮੈਂ ਇਹ ਪੰਕਤੀਆਂ ਦੁਹਰਾਣਾ ਕਿ ਮੰਡੀ ਅੰਦਰ ਸਾਡੀਆਂ ਫਸਲਾਂ ਕਿੰਜ ਲੁੱਟ ਲਟਵਾਉਂਦਾ ਏ ਸਮਝ ਸਕਾ ਨਾ ਬਦ ਨੀਤੀ ਨੂੰ ਐਡੇ ਵੀ ਕੋਈ ਬਾਤ ਨਹੀਂ ਕਤਲ ਕਰੇ ਖੁਦਕੁਸ਼ੀਆਂ ਆਖੇ ਦੋਸ਼ ਦائیں ਵਹੀ ਫਿਰ ਸਾਨੂੰ ਤਰਤੇ ਪੁੱਤਰ ਟੁੱਟ ਸਕਦਾ ਕਰਦਾ ਆਤਮਕਾਤ ਨਹੀਂ ਤੇ ਹੁੰਦਾ ਕਤਲ ਐ ਕਹਿੰਦੇ ਖੁਦਕੁਸ਼ੀਆਂ ਨੇ ਹਨਾ ਉਹੀ ਦੋਸ਼ ਮੁਰਮੁਰ ਕੇ ਲਾਈ ਜਾਂਦਾ ਹੈ ਤੇ ਪਰ ਜਿਹੜਾ ਧਰਤੀ ਤੇ ਨਾਲ ਜੁੜਿਆ ਇਨਸਾਨ ਹੁੰਦਾ ਹੈ ਕਿਸਾਨ ਹੁੰਦਾ ਮਜ਼ਦੂਰ ਹੁੰਦਾ ਹੈ ਉਹ ਟੁੱਟ ਸਕਦਾ ਹੈ ਉਹ ਡਿਮੋਰਲਾਈਜ਼ ਹੋ ਸਕਦਾ ਪੇ ਆ ਮੈਂ ਕੀ ਕਰੀ ਜਾ ਰਿਹਾ ਪਰ ਉਹ ਆਤਮ ਹਾਤ ਤੱਕ ਨਹੀਂ ਪਹੁੰਚਦਾ ਕਿਉਂਕਿ ਉਹ ਬੜਾ ਕੁਦਰਤ ਦੇ ਨੇੜੇ ਹੁੰਦਾ ਉਹਦੇ ਉਹ ਕਤਲ ਕਿਹਾ ਜਾ ਸਕਦਾ ਹੈ ਹਾਲਾਤ ਇਦਾਂ ਦੇ ਬਣਾ ਦਿੱਤੇ ਜਾਂਦੇ ਨੇ ਕਿ ਉਸ ਨੂੰ ਮਜਬੂਰ ਹੋਣਾ ਪੈਂਦਾ ਹੈ ਜ਼ਹਿਰ ਪਿਆਲਾ ਮੈਂ ਹੀ ਪੀਵਾ ਸੱਚ ਬੋਲਣ ਦੇ ਬਦਲੇ ਕਿਉਂ ਪੁੱਛ ਸਕਦਾ ਹਾਂ ਸਦੀਆਂ ਮਗਰੋਂ ਹੁਣ ਮੈਂ ਉਹ ਸੁਕਰਾਟ ਨਹੀਂ ਸੁਕਰਾਟ ਕੌਣ ਸੀ ਸੁਕਰਾਟ ਰੋਮਨ ਅੰਪਾਰ ਦੇ ਵਿੱਚ ਇੱਕ ਫਿਲਾਸਫਰ ਸੀ ਮੰਨਿਆ ਗਿਆ ਕਿ ਭਾਰਤ ਕਾਫੀ ਸਿੱਖ ਕੇ ਗਿਆ ਤੇ ਉਸ ਨੇ ਜਾ ਕੇ ਫਿਰ ਉਹ ਸਿਸਟਮ ਦੇ ਉੱਤੇ ਕਟਾਕਸ਼ ਕੀਤੇ ਸਿਸਟਮ ਨੂੰ ਸੋਧਿਆ ਤੇ ਬੜਾ ਪਪੂਲਰ ਹੋਇਆ ਯੂਥ ਦੇ ਵਿੱਚ ਖਾਸ ਕਰਕੇ ਤੇ ਸਰਕਾਰ ਦੇ ਜਿਹੜੇ ਚਾਲ ਚੱਲਣ ਸੀ ਉਹਨਾਂ ਨੂੰ ਵੀ ਕੁਐਸਚਨ ਕੀਤੇ ਵੀ ਕਿਉਂ ਹੋ ਰਿਹਾ ਕਾਹ ਹੋ ਰਿਹਾ ਜਿਸ ਤਰ੍ਹਾਂ ਅੱਜ ਆਪਾਂ ਗੱਲਾਂ ਕਰਦੇ ਆਂ ਤੇ ਉਹਦੇ ਹਾਲਾਤ ਇੱਦਾਂ ਬਣਾ ਦਿੱਤੇ ਕਿ ਉਹ ਕਹਿੰਦੇ ਜੇਲ੍ਹ ਚ ਪਾ ਦਿੱਤਾ ਗਿਆ ਵੀ ਹੁਣ ਜ਼ਹਿਰ ਦਾ ਪਿਆਲਾ ਦੇ ਦਿੱਤਾ ਹੈ ਪੀਲਾ ਨਹੀਂ ਤਾਂ ਤੈਨੂੰ ਫਿਰ ਦੂਜੀ ਤਰ੍ਹਾਂ ਮਾਰਾਂਗੇ ਸੋ ਉਸਨੇ ਪੀ ਲਿਆ ਬਿਨਾਂ ਪੁੱਛੇ ਤੂੰ ਪਰ ਗੁਰਬੇਦਨ ਗਿੱਲ ਜੀ ਉਹਨਾਂ ਨੇ ਬੜੇ ਸੁੰਦਰ ਇਹਦਾ ਬਿਆਨ ਕੀਤਾ ਹੈ ਕਿ ਜ਼ਹਿਰ ਪਿਆਲਾ ਮੈਂ ਹੀ ਪੀਵਾਂ ਸੱਚ ਬੋਲਣ ਦੇ ਬਦਲੇ ਕਿਉਂ ਪੁੱਛ ਸਕਦਾ ਹਾਂ ਸਦੀਆਂ ਮਗਰੋਂ ਹੁਣ ਮੈਂ ਉਹ ਸੁਕਰਾਟ ਨਹੀਂ ਮੈਂ ਹੁਣ ਉਹ ਨਹੀਂ ਹੈਗਾ ਹੁਣ ਮੈਂ ਪੁੱਛਣ ਦੇ ਕਾਬਿਲ ਬਣ ਚੁੱਕਾ ਹਾਂ ਅੱਜ ਦਾ ਕਿਸਾਨ ਅੱਜ ਦਾ ਮਜ਼ਦੂਰ ਅੱਜ ਦਾ ਆਮ ਆਦਮੀ ਜਿਹੜਾ ਹੈ ਉਹ ਪੜਿਆ ਲਿਖਿਆ ਹੈ ਉਹਦੇ ਅੰਦਰ ਅਵੇਅਰਨੈਸ ਹੈ ਸੋ ਇਹ ਸੀ ਅੱਜ ਦਾ ਵਿਚਾਰ